ਰਸੂਲ ਹਮਜ਼ਾ ਤੋਂ ਦੀ ਪੁਸਤਕ ਹੈ ਮੇਰਾ ਦਾਗਿਸਤਾਨ ਲੇਖ ਹੈ ਕਰ ਅਵਾਰ ਪਾਸ਼ਾ ਦੇ ਰਿਗ ਸ਼ਬਦ ਦੇ ਦੋ ਪਿੰਨ ਅਰਥ ਹਨ ਉਮਰ ਤੇ ਕਰ ਮੇਰੇ ਵਾਸਤੇ ਦੋਵੇਂ ਸ਼ਬਦ ਇੱਕ ਵਿੱਚ ਹੀ ਕੁਲ ਮਿਲ ਜਾਂਦੇ ਹਨ ਉਮਰ ਕਰ ਉਮਰ ਹੋ ਗਈ ਤਾਂ ਆਪਣਾ ਕਰ ਵਿੱਚ ਆਈਦਾ ਤੇ ਜੇ ਅਵਾਰ ਪਾਸ਼ਾ ਦੀ ਇਸ ਕਹਾਵਤ ਦਾ ਉਚਾਰਨ ਕੀਤਾ ਜਾਏ ਸਾਡੇ ਇੱਥੇ ਕਿਹੋ ਜੀ ਕਹਾਵਤ ਹੈ ਤਾਂ ਸ਼ਬਦਾਂ ਦੀ ਉਹ ਜੀ ਖੇਡ ਸਾਹਮਣੇ ਆਉਂਦੀ ਹੈ ਜਿਹਦਾ ਅਨੁਵਾਦ ਨਹੀਂ ਰੀਗ ਰੀਗ ਉਮਰ ਕਰ ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਦਾਗਿਸਤਾਨ ਬਹੁਤ ਪਹਿਲਾਂ ਹੀ ਬਾਲਗ ਹੋ ਚੁੱਕਾ ਹੈ ਤੇ ਇਸ ਲਈ ਦੁਨੀਆਂ ਚੋਂ ਦਾ ਉਚਿਤ ਤੌਰ ਤੇ ਬਣਦਾ ਤੇ ਠੋਸ ਥਾਂ ਹੈ ਮੈਂ ਅਕਸਰ ਮਾਤਾ ਜੀ ਨੂੰ ਪੁੱਛਦਾ ਹੁੰਦਾ ਸੀ ਦਾਗਿਸਤਾਨ ਕਿੱਥੇ ਹੈ ਤੇਰੇ ਪੰਘੂੜੇ ਵਿੱਚ ਮੇਰੇ ਸੋਹ ਜਵਾਨ ਮਾਤਾ ਜੀ ਜਵਾਬ ਦਿੰਦੇ ਹੁੰਦੇ ਸਨ ਤੇ ਤੁਹਾਡਾ ਦਾਗਿਸਤਾਨ ਕਿੱਥੇ ਹੈ ਆਂਦੀ ਪਿੰਡ ਦੇ ਇੱਕ ਵਿਅਕਤੀ ਤੋਂ ਕਿਸੇ ਨੇ ਪੁੱਛਿਆ ਉਹਨੇ ਚੱਕਰਾਂਉਂਦੇ ਹੋਏ ਆਪਣੇ ਆਲੇ ਦੁਆਲੇ ਵੇਖਿਆ ਇਹ ਢਿੱਲਾ ਦਾਗਿਸਤਾਨ ਹੈ ਘਾ ਦਾਗਿਸਤਾਨ ਹੈ ਨਦੀ ਦਾਗਿਸਤਾਨ ਹੈ ਪਰਬਤ ਉਤੇ ਪਈ برف ਦਾਗਿਸਤਾਨ ਹੈ ਸਿਰ ਦੇ ਉੱਤੇ ਬੱਦਲ ਕੀ ਇਹ ਦਾਗਿਸਤਾਨ ਨਹੀਂ ਫਿਰ ਸਿਰ ਦੇ ਉੱਤੇ ਸੂਰਜ ਵੀ ਦਾਗਿਸਤਾਨ ਨਹੀਂ ਮੇਰਾ ਦਾਗਿਸਤਾਨ ਹਰ ਥਾਂ ਆਂਦੀ ਪਿੰਡ ਦੇ ਵਾਸੀ ਨੇ ਜਵਾਬ ਦਿੱਤਾ ਘਰੇਲੂ ਯੁੱਤ ਤੋਂ ਮਗਰੋਂ 1921 'ਚ ਸਾਡੇ ਪਿੰਡ ਤਬਾਹ ਹਾਲ ਸਨ ਲੋਕ ਭੁੱਖੇ ਰਹਿੰਦੇ ਸਨ ਤੇ ਨਹੀਂ ਜਾਣਦੇ ਸਨ ਕਿ ਅਗਾ ਕੀ ਹੋਏਗਾ ਉਦੋਂ ਹੀ ਤਾਂ ਪਹਾੜੀ ਲੋਕਾਂ ਦਾ ਇੱਕ ਵਫਦ ਲੈਨਨ ਨੂੰ ਮਿਲਣ ਗਿਆ ਸੀ ਲੈਨਨ ਦੇ ਕਮਰੇ 'ਚ ਜਾ ਕੇ ਤਾਜਿਕਿਸਤਾਨ ਦੇ ਇਹ ਨੁਮਾਇੰਦੇ ਕੁਝ ਵੀ ਕਹੇ ਬਿਨਾ ਦੁਨੀਆ ਦਾ ਇੱਕ ਬਹੁਤ ਵੱਡਾ ਨਕਸ਼ਾ ਖੋਲਣ ਲੱਗੇ ਇਹ ਨਕਸ਼ਾ ਤੁਸੀਂ ਕਾਦੇ ਵਾਸਤੇ ਲਿਆਇਓ ਲੈਨਨ ਨੇ ਹੈਰਾਨ ਹੁੰਦਿਆਂ ਹੋਇਆਂ ਪੁੱਛਿਆ ਤੁਹਾਨੂੰ ਅਨੇਕਾਂ ਜਨਗਣਾਂ ਦੇ ਬਹੁਤ ਸਾਰੇ ਫਿਕਰ ਨੇ ਤੁਸੀਂ ਇਹ ਯਾਦ ਨਹੀਂ ਰੱਖ ਸਕਦੇ ਵੀ ਕੌਣ ਲੋਕ ਕਿੱਥੇ ਰਹਿੰਦੇ ਨੇ ਇਸ ਲਈ ਅਸੀਂ ਤੁਹਾਨੂੰ ਇਹ ਵਿਖਾਉਣਾ ਚਾਹੁੰਦੇ ਹਾਂ ਕਿ ਦਾਗਿਸਤਾਨ ਕਿੱਥੇ ਹੈ ਪਰ ਸਾਡੇ ਪਹਾੜੀ ਲੋਕ ਭਾਵੇਂ ਕਿੰਨਾ ਹੀ ਕਿਉਂ ਨਾ ਲੱਭਦੇ ਰਹੇ ਪਰ ਆਪਣੇ ਇਲਾਕੇ ਨੂੰ ਨਾ ਲੱਭ ਸਕੇ ਵੱਡੇ ਨਕਸ਼ੇ ਦੇ ਗੜਬੜ ਘਟਾਲੇ 'ਚ ਫਸ ਗਏ ਆਪਣਾ ਛੋਟਾ ਜਿਹਾ ਦੇਸ਼ ਗੁਆ ਬੈਠੇ ਫਿਰ ਲੈਨਨ ਨੇ ਕਿਸੇ ਤਰ੍ਹਾਂ ਦੀ ਖੋਜ ਪਾਲ ਕੀਤੇ ਬਿਨਾ ਫੌਰਨ ਹੀ ਪਹਾੜੀ ਲੋਕਾਂ ਨੂੰ ਵਖਾ ਦਿੱਤਾ ਜੋ ਲੱਭਦੇ ਪੈਸਨ ਇਹ ਹੀ ਤਾਂ ਹੈ ਤੁਹਾਡਾ ਦਾਗਿਸਤਾਨ ਤੇ ਉਹ ਚੈੱਕਦੇ ਹੋਏ ਹੱਸ ਪਏ ਇਹਨੂੰ ਕਹਿੰਦੇ ਨੇ ਦਿਮਾਗ ਸਾਡੇ ਪਹਾੜੀਆਂ ਨੇ ਸੋਚਿਆ ਤੇ ਲੈਨਨ ਨੂੰ ਦੱਸਿਆ ਕਿ ਉਹਨਾਂ ਕੋਲ ਆਉਣ ਤੋਂ ਪਹਿਲਾਂ ਉਹ ਲੋਕ ਕਮਿਸਾਰ ਕੋਲ ਗਏ ਸਨ ਤੇ ਉਹ ਲਗਾਤਾਰ ਉਹਨਾਂ ਨੂੰ ਹੀ ਦੱਸਣ ਲਈ ਕਹਿੰਦਾ ਰਿਹਾ ਕਿ ਦਾਗਿਸਤਾਨ ਕਿੱਥੇ ਹੈ ਲੋਕ ਕਮਿਸਾਰ ਦੇ ਸਹਿਕਰਮੀ ਤਰ੍ਹਾਂ-ਤਰ੍ਹਾਂ ਦੇ ਅਨੁਮਾਨ ਨਟਕਲਣ ਲਾਉਂਦੇ ਰਹੇ ਸਨ ਇੱਕ ਨੇ ਕਿਹਾ ਉਹ ਕਿਤੇ ਜਾਰਜੀਆ 'ਚ ਹੈ ਦੂਜੇ ਨੇ ਕਿਹਾ ਤੁਰਕਿਸਤਾਨ 'ਚ ਹੈ ਇੱਕ ਸਹਿਕਰਮੀ ਨੇ ਤਾਂ ਇੱਥੋਂ ਤੱਕ ਦਾਵਾ ਕੀਤਾ ਕਿ ਉਹ ਦਾਗਿਸਤਾਨ 'ਚ ਬਸਮਾਚੀਆਂ ਨਾਲ ਹਲੰਦਾ ਸੀ ਬਸਮਾਚੀ ਮੱਧ ਏਸ਼ੀਆ ਵਿੱਚ ਇਨਕਲਾਬ ਵਿਰੋਧੀ ਤਨੀ ਜ਼ਿਮੀਂਦਾਰਾਂ ਤੇ ਉਹਨਾਂ ਦੇ ਪੈਰੋਕਾਰਾਂ ਦੇ ਗਰੋਸੀ ਲੈਨਿਨ ਤਾਂ ਹੋਰ ਵੀ ਜ਼ਿਆਦਾ ਜ਼ੋਰ ਨਾਲ ਹੱਸ ਪਏ ਕਿੱਥੇ ਕਿੱਥੇ ਤੁਰਕਿਸਤਾਨ ਬਹੁਤ ਖੂਬ ਇਹ ਤਾਂ ਹੋਰ ਵੀ ਕਮਾਲ ਹੋ ਗਿਆ ਤੇ ਲੈਨਿਨ ਨੇ ਉਸੇ ਵੇਲੇ ਟੈਲੀਫੋਨ ਦਾ ਰিসিਵਰ ਹੱਥੇ ਚ ਲਿਆ ਤੇ ਉਸ ਲੋਕ ਕਮਿਸਾਰ ਨੂੰ ਸਪਸ਼ਟ ਕੀਤਾ ਕਿ ਤੁਰਕਿਸਤਾਨ ਕਿੱਥੇ ਹੈ ਦਾਗਿਸਤਾਨ ਕਿੱਥੇ ਬਸਮਾਚੀ ਤੇ ਮਿਉਰੀਦ ਕਿੱਥੇ ਕ੍ਰੈਮਲਿਨ ਵਿੱਚ ਲੈਨਿਨ ਦੇ ਕਮਰੇ 'ਚ ਅਜੇ ਤੱਕ ਕਾਕੇਸ਼ੀਆ ਦਾ ਬਹੁਤ ਵੱਡਾ ਨਕਸ਼ਾ ਲਟਕਿਆ ਹੋਇਆ ਹੈ ਹੋ ਦਾਗਿਸਤਾਨ ਇੱਕ ਜੰਤੰਤਰ ਹੈ ਇਹ ਛੋਟਾ ਹੈ ਜਾਂ ਵੱਡਾ ਇਹਦੀ ਕੋਈ ਅਹਿਮੀਅਤ ਨਹੀਂ ਇਹੋ ਜਿਹਾ ਹੀ ਹੈ ਜਿਹੋ ਜਿਹਾ ਹੋਣਾ ਚਾਹੀਦਾ ਸਾਡੇ ਸੋਵੀਅਤ ਦੇਸ਼ 'ਚ ਸ਼ਾਇਦ ਹੁਣ ਕੋਈ ਇਹ ਨਹੀਂ ਕਹੇਗਾ ਕਿ ਦਾਗਿਸਤਾਨ ਤੁਰਕਿਸਤਾਨ ਵਿੱਚ ਹੈ ਪਰ ਦੂਰ ਦੁਰਾਡੇ ਦੇ ਕਿਸੇ ਦੇਸ਼ ਵਿੱਚ ਤਾਂ ਮੈਨੂੰ ਸਪਸ਼ਟ ਕਰਨ ਦੇ ਵਾ ਲਈ ਇਸ ਤਰ੍ਹਾਂ ਦੀ ਗੱਲਬਾਤ ਲਾਜ਼ਮੀ ਕਰਨੀ ਪੈਂਦੀ ਹੈ ਤੁਸੀਂ ਕਿੱਥੋਂ ਸਾਡੇ ਇੱਥੇ ਆਏ ਹੋ ਦਾਗਿਸਤਾਨ ਦਾਗਿਸਤਾਨ ਇਹ ਕਿੱਥੇ ਹੈ ਕਾਕੇਸ਼ੀਆ ਵਿੱਚ ਪੂਰਬ ਚ ਜਾਂ ਪੱਛਮ ਚ ਕਸਪੀ ਸਾਗਰ ਦੇ ਤੱਟ ਉਤੇ ਅੱਛਾ ਬਾਕੂ ਨਹੀਂ ਜੀ ਬਾਕੂ ਨਹੀਂ ਕੁਝ ਉੱਤਰ ਵਾਲੇ ਪਾਸੇ ਤੁਹਾਡੀਆਂ ਹੱਦਾਂ ਕਿਹਦੇ ਨਾਲ ਮਿਲਦੀਆਂ ਨੇ ਰੂਸ ਜਾਰਜੀਆ ਅਜ਼ਰਬਾਈਜਾਨ ਨਾਲ ਪਰ ਉੱਥੇ ਚਿਰਕੇਸ ਨਹੀਂ ਰਹਿੰਦੇ ਅਸੀਂ ਤਾਂ ਸੋਚਿਆ ਸੀ ਕਿ ਉੱਥੇ ਚਿਰਕੇਸ ਰਹਿੰਦੇ ਨੇ ਚਿਰਕੇਸ ਤਾਂ ਚਿਰਕੇਸ਼ੀਆ ਜਰ ਰਹਿੰਦੇ ਨੇ ਤੇ ਦਾਗੈਸਤਾਨ ਚ ਦਾਗੈਸਤਾਨੀ ਰਹਿੰਦੇ ਨੇ ਟਾਲਸਟਾਈ ਹਾਜੀ ਮੁਰਾਦ ਟਾਲਸਟਾਈ ਦੀ ਰਚਨਾ ਪੜ੍ਹੀਏ ਬੇਸਤ ਜੇਵ ਮਾਰਸ ਲੈਂਸਕੀ ਬੇਸਤ ਜੇਵ ਮਾਰਲੈਂਸਕੀ 1799 ਤੋਂ 1837 ਤੱਕ ਦਸੰਬਰਵਾਦੀ ਸਟਾਫ ਕਪਤਾਨ ਲੇਖਕ 20 ਸਾਲ ਦੀ ਕੈਦ ਹੋਈ 1829 ਤੋਂ ਕਾਕੇਸ਼ੀਆ ਵਿੱਚ ਸੈਨਿਕ ਦੇ ਰੂਪ ਚ ਸੇਵਾ ਕਰਦਾ ਰਿਹਾ ਸੀ ਜਾਂ ਫਿਰ ਲੇਰਮ ਨੂਤੋ ਦਾਗਿਸਤਾਨ ਘਾਟੀ ਦੀ ਬਲਦੀ ਦੁਪਹਿਰ ਚ ਪੜੀਏ ਭਲਾ ਇਹ ਉੱਥੇ ਹੀ ਹੈ ਜਿੱਥੇ ਐਲਬੋਰਸ ਐਲਬਰੂ ਸੇ ਐਲਬਰੂ ਦਾ ਕਬਾਰਦਿਨੋ ਬਲਕਾਰਿਆ ਵਿੱਚ ਤੇ ਕਜ਼ਬੇਕ ਜ਼ਾਰਦੀਆ ਵਿੱਚ ਤੇ ਸਾਡੇ ਇੱਥੇ ਗੁਨੀ ਪਿੰਡ ਤੇ ਸਾਦਾ ਪਿੰਡ ਦੂਰ ਦੁਰਾਡੇ ਦੇ ਦੇਸ਼ 'ਚ ਮੈਨੂੰ ਕਦੇ ਕਦੇ ਸਭ ਕੁਝ ਕਹਿਣਾ ਪੈਂਦਾ ਹੈ ਇਹ ਤਾਂ ਸਾਰੇ ਜਾਣਦੇ ਹੈ ਕਿ ਨੂੰ ਨੂੰ ਇਸ਼ਾਰੇ ਨਾਲ ਕੋਈ ਗੱਲ ਸਮਝਾਉਣ ਲਈ ਧੀ ਨੂੰ ਛਿੜਕਿਆ ਜਾਂਦਾ ਹੈ ਸ਼ਾਇਦ ਸਾਡੇ ਦੇਸ਼ 'ਚ ਵੀ ਕੋਈ ਇਹ ਹੋ ਜਾਏ ਕੋਛਾ ਬੰਦਾ ਮਿਲ ਜਾਏ ਜਿਹੜਾ ਇਹ ਸੋਚਦਾ ਹੋਵੇ ਕਿ ਦਾਗਿਸਤਾਨ ਵਿੱਚ ਚਿਰਕੇਸ ਰਹਿੰਦੇ ਹਨ ਸ਼ਾਇਦ ਇੰਜ ਕਹਿਣਾ ਹੋਰ ਜ਼ਿਆਦਾ ਸਹੀ ਹੋਵੇਗਾ ਕਿ ਉਹ ਕੁਝ ਵੀ ਨਾ ਸੋਚਦਾ ਹੋਵੇ ਮੈਨੂੰ ਬਹੁਤ ਦੂਰ ਦੂਰ ਦੇ ਦੇਸ਼ਾਂ 'ਚ ਜਾਣ ਦਾ ਮੌਕਾ ਮਿਲਿਆ ਮੈਂ ਪਿੰਨ ਪਿੰਨ ਸੰਮੇਲਨਾ ਕਾਂਗਰਸਾਂ ਤੇ ਗੋਸ਼ਟੀਆਂ 'ਚ ਭਾਗ ਲਿਆ ਵਿਭਿੰਨ ਮਹਾਦੀਪਾ ਏਸ਼ੀਆ ਯੂਰਪ ਅਫਰੀਕਾ ਅਮਰੀਕਾ ਤੇ ਆਸਟ੍ਰੇਲੀਆ ਦੇ ਲੋਕੀ ਕੱਟੇ ਹੁੰਦੇ ਹਨ ਉੱਥੇ ਜਿੱਥੇ ਸਭ ਚੀਜ਼ਾਂ ਦੀ ਮਹਾਦੀਪਾਂ ਦੇ ਪੱਧਰ ਤੇ ਚਰਚਾ ਕੀਤੀ ਜਾਂਦੀ ਹੈ ਮੈਂ ਤਾਂ ਉੱਥੇ ਵੀ ਇਹੀ ਕਹਿੰਦਾ ਕਿ ਮੈਂ ਦਾਗਿਸਤਾਨ ਤੋਂ ਆਇਆ ਹਾਂ ਤੁਸੀਂ ਏਸ਼ੀਆ ਦੇ ਜਾਂ ਯੂਰਪ ਦੇ ਨੁਮਾਇੰਦੇ ਹੋ ਇਹ ਸਪਸ਼ਟ ਕਰਨ ਦੀ ਮਿਹਰਬਾਨੀ ਕਰੋ ਮੈਨੂੰ ਬੇਨਤੀ ਕੀਤੀ ਜਾਂਦੀ ਹੈ ਤੁਹਾਡਾ ਦਾਗਿਸਤਾਨ ਕਿਸ ਮਹਾਂਦੀਪ 'ਚ ਹੈ ਮੇਰਾ ਇੱਕ ਪੈਰ ਏਸ਼ੀਆ ਵਿੱਚ ਹੈ ਦੂਜਾ ਯੂਰਪ ਵਿੱਚ ਕਦੀ ਕਦੀ ਇੰਜ ਹੁੰਦਾ ਹੈ ਕਿ ਦੋ ਬੰਦੇ ਇਕੱਠੇ ਹੀ ਘੋੜੀ ਦੀ ਗਰਦਨ ਉੱਤੇ ਆਪਣਾ ਹੱਥ ਰੱਖ ਦਿੰਦੇ ਨੇ ਇੱਕ ਬੰਦਾ ਇੱਕ ਪਾਸੇ ਤੇ ਦੂਜਾ ਦੂਜੇ ਪਾਸੇ ਠੀਕ ਇਸੇ ਤਰ੍ਹਾਂ ਦਾਗਿਸਤਾਨ ਦੇ ਪਹਾੜਾਂ ਦੀ ਚੋਟੀ ਉੱਤੇ ਦੋ ਮਹਾਂਮਦੀਪ ਪਾਣੇ ਇਕੱਠਿਆਂ ਹੀ ਹੱਥ ਰੱਖ ਲੈਣੇ ਮੇਰੀ ਧਰਤੀ ਉੱਤੇ ਉਹਨਾਂ ਦੇ ਹੱਥ ਮਿਲ ਗਏ ਨੇ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਪਰਿੰਦੇ ਤੇ ਨਦੀਆਂ ਪਹਾੜੀ ਬੱਕਰੇ ਤੇ ਲੂੰਬੜੀਆਂ ਤੇ ਬਾਕੀ ਸਾਰੇ ਜਾਨਵਰ ਵੀ ਇਕੱਠਿਆਂ ਹੀ ਯੂਰਪ ਤੇ ਏਸ਼ੀਆ ਦੇ ਹਨ ਮੈਨੂੰ ਇੰਜ ਲੱਗਦਾ ਹੈ ਕਿ ਉਹਨਾਂ ਨੇ ਯੂਰਪ ਤੇ ਏਸ਼ੀਆ ਦੀ ਏਕਤਾ ਕਮੇਟੀ ਬਣਾਈ ਹੋਈ ਹੈ ਆਪਣੀਆਂ ਕਵਿਤਾਵਾਂ ਸਮੇਤ ਮੈਂ ਬੜੀ ਖੁਸ਼ੀ ਨਾਲ ਇਹੋ ਜੀ ਕਮੇਟੀ ਦਾ ਮੈਂਬਰ ਬਣਨ ਨੂੰ ਤਿਆਰ ਹਾਂ ਫਿਰ ਵੀ ਕੁਝ ਲੋਕ ਜਿਵੇਂ ਮੇਰਾ ਮੂੰਹ ਚੜਾਉਂਦੇ ਹੋਏ ਜਾਣ ਬੁੱਝ ਕੇ ਮੈਨੂੰ ਇਹ ਕਹਿੰਦੇ ਨੇ ਤੈਨੂੰ ਕੋਈ ਆਖੇ ਵੀ ਤ ਤੂੰ ਭਲਾ ਇਸ਼ਿਆਈ ਬਣ ਜਾਏਂਗਾ ਜੈਸ ਵੋਲਟੇਜ ਜਾਂ ਦੇ ਕਿਸੇ ਦੂਰ ਦੁਰਾਡੇ ਥਾਂ ਉੱਤੇ ਮੈਨੂੰ ਇੰਜ ਆਖਿਆ ਜਾਂਦਾ ਹੈ ਕਿ ਤੇਰੇ ਕੋਲੋਂ ਕੋਈ ਦੂਜੀ ਉਮੀਦ ਹੀ ਕੀਤੀ ਜਾ ਸਕਦੀ ਹੈ ਤੂੰ ਯਰਪੀ ਬੰਦਾ ਜੋ ਹੋਇਆ ਮੈਂ ਨਾ ਤਾਂ ਪਹਿਲਿਆਂ ਦੀ ਤੇ ਨਾ ਹੀ ਮਗਰਲੇ ਬੰਦਿਆਂ ਦੀ ਗੱਲ ਦਾ ਖੰਡਨ ਕਰਦਾ ਦੋਵੇਂ ਹੀ ਸਹੀ ਨੇ ਤੇ ਜਦੋਂ ਕਦੇ ਮੈਂ ਕਿਸੇ ਔਰਤ ਲਈ ਆਪਣੀ ਪ੍ਰੇਮ ਭਾਵਨਾ ਪ੍ਰਗਟ ਕਰਨ ਲੱਗਦਾ ਤਾਂ ਸ਼ੱਕ ਪਰੇ ਢੰਗ ਨਾਲ ਆਪਣਾ ਸਿਰ ਹਿਲਾ ਕੇ ਕਹਿੰਦੀ ਹੈ ਉਫ ਇਹ ਚਲਾਕੀ ਤੇ ਮੱਕਾਰੀ ਨਾਲ ਭਰਿਆ ਹੋਇਆ ਪੂਰਬ ਤੇ ਜਦੋਂ ਕਦੀ ਮੇਰੇ ਕੋਲ ਦਾਗस्तानी ਪ੍ਰਾਣੇ ਆਉਂਦੇ ਹਨ ਤੋਂ ਆਪਣੇ ਸਿਰ ਹਿਲਾਉਂਦੇ ਤੇ ਕਹਿ ਉੱਠਦੇ ਹਨ ਉਹ ਈਰੋਪੀ ਅੰਦਾਜ਼ ਹਾਂ ਦਾਗस्तानी ਪੂਰਬ ਨੂੰ ਪਿਆਰ ਕਰਦਾ ਪਰ ਪੱਛਮ ਵੀ ਉਹਦੇ ਲਈ ਬੇਗਾਨਾ ਨਹੀਂ ਉਸ ਰੁੱਖ ਵਾਂਗ ਜਿਹਦੀਆਂ ਜੜਾਂ ਇਕੱਠਿਆਂ ਦੋ ਮਹਾਂਦੀਪਾਂ 'ਚ ਹਨ ਕਿਊਬਾ 'ਚ ਮੈਂ ਫਿਡਲ ਕਾਸਟਰੋ ਨੂੰ ਦਾਗस्तानी ਲਬਾਦਾ ਪੇਟ ਕੀਤਾ ਇਹਦੇ 'ਚ ਬਟਨ ਕਿਉਂ ਨਹੀਂ ਲੱਗੇ ਹੋਏ ਫਿਡਲ ਕਾਸਟਰੋ ਨੇ ਹੈਰਾਨ ਹੁੰਦਿਆਂ ਪੁੱਛਿਆ ਇਸ ਲਈ ਵੀ ਲੋੜ ਪੈਂਦੀ ਇਹਨੂੰ ਝਟਪਟ ਮੋਢੇ ਤੋਂ ਲਾ ਸੁੱਟਿਆ ਜਾਵੇ ਤੇ ਹੱਥ 'ਚ ਤਲਵਾਰ ਖੜੀ ਜਾ ਸਕੇ ਅਸਲੀ ਛਾਪੇ ਮਾਰਾਂ ਦੀ ਪਰਛਾਵੇਂ ਛਾਪੇ ਮਾਰ ਫਿਡਲ ਕਾਸਟੋਨੇ ਸੈਂਤੀ ਪ੍ਰਗਟ ਕੀਤੀ ਦੂਜੇ ਦੇਸ਼ਾਂ ਨਾਲ ਦਾਗਿਸਤਾਨ ਦੀ ਤੁਲਨਾ ਕਰਨ ਚ ਕੋਈ ਤੁਕ ਨਹੀਂ ਉਹ ਜਿਹੋ ਜਿਹਾ ਵੀ ਹੈ ਉਹੋ ਜਿਹਾ ਹੀ ਚੰਗਾ ਹੈ ਉਹਦੀ ਛੱਤ ਚੋਂ ਪਾਣੀ ਨਹੀਂ ਚੁੰਦਾ ਉਹਦੀਆਂ ਦੀਵਾਰਾਂ ਟੇਡੀਆਂ ਮੇਡੀਆਂ ਨਹੀਂ ਦਰਵਾਜ਼ੇ ਚਰਮਰਾਉਂਦੇ ਨਹੀਂ ਖਿੜਕੀਆਂ ਵਿੱਚੋਂ ਤੇਜ਼ ਹਵਾ ਨਹੀਂ ਆਉਂਦੀ ਤੇ ਪਹਾੜਾਂ ਵਿੱਚ ਥਾਂ ਤੰਗ ਹੈ ਪਰ ਦਿਲ ਵੱਡੇ ਹਨ ਤੂੰ ਕਹਿੰਦਾ ਮੇਰੀ ਧਰਤੀ ਛੋਟੀ ਹੈ ਤੇ ਤੁਹਾਡੀ ਵੱਡੀ ਹੈ ਆਂਦੀ ਪਿੰਡ ਦੇ ਇੱਕ ਵਾਸੀ ਨੇ ਕਿਸੇ ਆਦਮੀ ਨੂੰ ਚੁਣੌਤੀ ਦੇ ਅੰਦਾਜ਼ ਚ ਆਖਿਆ ਤਾਂ ਉਹ ਜਿਸ ਇਸ ਚੀਜ਼ ਦਾ ਮੁਕਾਬਲਾ ਕਰੀ ਬਈ ਕਿਦੀ ਧਰਤੀ ਦਾ ਛੇਤੀ ਪੈਦਲ ਚੱਕਰ ਲਾਉਨੇ ਆ ਤੂੰ ਮੇਰੀ ਧਰਤੀ ਦਾ ਤੇ ਮੈਂ ਤੇਰੀ ਧਰਤੀ ਦਾ ਮੈਂ ਵੀ ਵੇਖਾਂਗਾ ਵੀ ਕਿਵੇਂ ਤੂੰ ਸਾਡੀਆਂ ਪਹਾੜੀ ਝੋਟੀਆਂ ਤੇ ਚੜੇਗਾ ਚਪਾਆਂ ਵਾਂਗ ਹੱਥਾਂ ਪੈਰਾਂ ਦੇ ਭਾਰ ਕਿਵੇਂ ਚਟਾਨਾਂ ਤੇ ਉੱਪਰ ਨੂੰ ਜਾਏਗਾ ਸਾਡੀਆਂ ਖੱਡਾਂ 'ਚ ਕਿਵੇਂ ਰਿੜਕੇ ਅਗਾਂ ਵਧੇਗਾ ਤੇ ਸਾਡੀਆਂ ਖਾਈਆਂ 'ਚ ਕਿਵੇਂ ਕਲਾਬਾਜ਼ੀਆਂ ਲਹਿਂਗਾ ਮੈਂ ਦਾਗਿਸਤਾਨ ਦੀ ਸਭ ਤੋਂ ਉੱਚੀ ਚੋਟੀ ਤੇ ਚੜ ਜਾਣਾ ਤੇ ਉੱਥੋਂ ਸਾਰੇ ਪਾਸੇ ਨਜ਼ਰ ਮਾਰਦਾ ਦੂਰ ਦੂਰ ਤੱਕ ਰਾਤ ਦਿਸਤੇ ਹਨ ਦੂਰ ਦੂਰ ਤੱਕ ਰੌਸ਼ਨੀਆਂ ਚਿਲ ਮਿਲਾਉਣੀਆਂ ਦਿਸਦੀਆਂ ਹੁੰਦੀਆਂ ਕਾਫੀ ਦੂਰ ਤੱਕ ਕਿਤੇ ਘੰਟੀਆਂ ਵੱਜਦੀਆਂ ਸੁਣਦੀਆਂ ਹਨ ਧਰਤੀ ਨੀਲੇ-ਨੀਲੇ ਧੂਏ ਦੀ ਚਾਦਰ 'ਚ ਬੁਲੇਟੀ ਪਈ ਹੈ ਆਪਣੇ ਪੈਰਾਂ ਹੇਠਾਂ ਆਪਣੀ ਮਾਤਭੂਮੀ ਨੂੰ ਮਹਿਸੂਸ ਕਰਦੇ ਹੋਏ ਮੈਨੂੰ ਦੁਨੀਆ ਉੱਤੇ ਨਜ਼ਰ ਮਾਰਨਾ ਚੰਗਾ ਲੱਗਦਾ ਬੰਦਾ ਜਦੋਂ ਇਸ ਦੁਨੀਆ 'ਚ ਜਨਮ ਲੈਂਦਾ ਤਾਂ ਆਪਣੀ ਮਾਤਭੂਮੀ ਚੁਣਦਾ ਨਹੀਂ ਜੋ ਵੀ ਮਿਲ ਜਾਂਦੀ ਹੈ ਸੋ ਮਿਲ ਜਾਂਦੀ ਹੈ। ਮੇਰੇ ਕੋਲੋਂ ਵੀ ਕਿਸੇ ਨੇ ਇਹ ਨਹੀਂ ਪੁੱਛਿਆ ਕਿ ਮੈਂ ਦਾਗस्तानी ਬੜਨਾ ਚਾਹੁੰਦਾ ਜਾਂ ਨਹੀਂ। ਬੜਾ ਮਮਕਿਨ ਹੈ ਕਿ ਜੇ ਮੈਂ ਦੁਨੀਆ ਦੇ ਕਿਸੇ ਹੋਰ ਹਿੱਸੇ 'ਚ ਜਨਮ ਲਿਆ ਹੁੰਦਾ ਮੇਰੇ ਮਾਤਾ-ਪਿਤਾ ਵੀ ਹੋਰ ਹੀ ਹੁੰਦੇ ਤਾਂ ਮੇਰੇ ਲਈ ਉਸ ਧਰਤੀ ਤੋਂ ਜ਼ਿਆਦਾ ਪਿਆਰੀ ਹੋਰ ਕੋਈ ਧਰਤੀ ਨਾ ਹੁੰਦੀ ਜਿੱਥੇ ਮੈਂ ਪੈਦਾ ਹੋਇਆ ਹੁੰਦਾ। ਮੇਰੇ ਕੋਲ ਉਸ ਬਾਰੇ ਪੁੱਛਿਆ ਨਹੀਂ ਗਿਆ ਪਰ ਜੇ ਹੁਣ ਪੁੱਛਿਆ ਜਾਂਦਾ ਤਾਂ ਮੈਂ ਕੀ ਜਵਾਬ ਦਿਆਂਗਾ? ਦੂਰ ਕਿਤੇ ਮੈਨੂੰ ਪੰਦੂਰਾ ਵੱਜਦਾ ਸੁਣਾਈ ਦੇ ਰਿਹਾ ਧੁਨ ਜਾਣੀ ਪਛਾਣੀ ਹੈ ਸ਼ਬਦ ਵੀ ਜਾਣੇ ਪਛਾਣੇ ਹਨ ਨਦ ਨਾਲੇ ਤਾਂ ਸਦਾ ਤੜਪਦੀ ਜਾਂ ਸਾਗਰ ਮਿਲ ਜਾਵਣ ਚੈਨ ਬਿਨਾ ਪਰ ਨਦ ਨਾਲਿਆਂ ਸਾਗਰ ਵੀ ਕਿੰਜ ਪਾਵਣ ਦੋ ਹੱਥਾਂ ਵਿੱਚ ਦਿਲ ਲੈ ਲਈਏ ਇੰਜ ਤਾਂ ਸੰਭਵ ਹੋਵੇ ਪਰ ਸਮੋਏ ਦਿਲ ਚ ਦੁਨੀਆ ਇੰਜ ਨ ਸੰਭਵ ਹੋਵੇ ਪਰ ਦੇ ਸਭ ਦੇਸ਼ ਦੁਨੀਆ ਦੇ ਚੰਗੇ ਸੋਹਣੇ ਦੇਸ਼ ਬਥੇਰੇ ਦਾਗਿਸਤਾਨ ਪਿਆਰਾ ਮੈਨੂੰ ਉਕਰਿਆ ਦਿਲ ਤੇ ਮੇਰੇ ਪੰਦੂਰਾ ਵਜਾ ਕੇ ਨਾਲ ਗਾਉਣ ਵਾਲਾ ਨਹੀਂ ਸਗੋ ਆਪਣੇ ਮੂੰਹ ਨਾਲ ਖੁਦ ਦਾਗਿਸਤਾਨ ਚ ਕਹਿੰਦਾ ਮੈਨੂੰ ਵੇਖ ਕੇ ਜੋ ਵੀ ਨੱਕ ਚੜਾਈ ਚੰਗਾ ਇਹ ਵਾਪਸ ਘਰ ਨੂੰ ਜਾਏ ਸਾਡੇ ਇੱਥੇ ਇੱਕ ਪੁਰਾਣੀ ਪਰੰਪਰਾ ਹੈ ਸਿਆਲ ਦੀਆਂ ਲੰਮੀਆਂ ਰਾਤਾਂ ਚ ਨੌਜਵਾਨ ਲੋਕ ਕਿਸੇ ਵੱਡੇ ਘਰ ਚ ਜਮਾ ਹੁੰਦੇ ਹਨ ਤੇ ਭਾਂਤ ਭਾਂਦੀਆਂ ਖੇਡਾਂ ਖੇਡਦੇ ਹਨ ਮਿਸਾਲ ਵਜੋਂ ਕਿਸੇ ਮੁੰਡੇ ਨੂੰ ਕੁਰਸੀ ਤੇ ਬਿਠਾ ਦਿੱਤਾ ਜਾਂਦਾ ਹੈ ਉਦੇ ਦੁਆਲੇ ਇੱਕ ਕੁੜੀ ਚੱਕਰ ਕੱਢਦੀ ਹੋਈ ਕੁਝ ਗਾਉਂਦੀ ਹੈ। ਮੁੰਡੇ ਨੇ ਵੀ ਗਾਣੇ ਵਿੱਚ ਹੀ ਉਹਦੇ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਆ। ਇਸ ਤੋਂ ਬਾਅਦ ਕੁੜੀ ਨੂੰ ਕੁਰਸੀ ਤੇ ਬਿਠਾ ਦਿੱਤਾ ਜਾਂਦਾ ਹੈ। ਮੁੰਡਾ ਉਹਦੇ ਆਲੇ ਦੁਆਲੇ ਚੱਕਰ ਕੱਢਦਾ ਹੋਇਆ ਗਾਉਂਦਾ ਹੈ। ਇਹ ਗਾਣੇ ਪੂਰੀ ਤਰ੍ਹਾਂ ਰੂਸੀ ਭਾਸ਼ਾ 'ਚ ਪ੍ਰਚਲਿਤ ਚੁਪਈਆਂ ਜੈ ਤ ਨਹੀਂ ਹੁੰਦੇ ਪਰ ਉਹਨਾਂ 'ਚ ਕੁਝ ਸਮਾਨਤਾ ਜ਼ਰੂਰ ਹੁੰਦੀ ਹੈ। ਇਸ ਤਰ੍ਹਾਂ ਜਵਾਨ ਲੋਕਾਂ 'ਚ ਇੱਕ ਤਰ੍ਹਾਂ ਦਾ ਵਾਰਤਾਲਾਪ ਹੋਣ ਲੱਗਦਾ ਹੈ। ਤਿੱਖੇ ਝੁਬਵੇਂ ਸ਼ਬਦ ਦੇ ਜਵਾਬ ਵਿੱਚ ਹੋਰ ਵੀ ਤਿੱਖਾ ਝੁਬਵਾਂ ਸ਼ਬਦ ਗਿਆ ਜਾਣਾ ਚਾਹੀਦਾ ਹੈ। ਨਪੇ ਤੁਲੇ ਸਵਾਲ ਦਾ ਨਪਿਆ ਤੁਲੇ ਜਵਾਬ ਹੁਣਾ ਚਾਹੀਦਾ ਹੈ ਇਸ ਮੁਕਾਬਲੇ ਚ ਜਿਹੜਾ ਵੀ ਜਿੱਤ ਜਾਂਦਾ ਉਹਨੂੰ ਸਿੰਘ ਦਾ ਬਣਾਇਆ ਗਿਆ ਜਾਮ ਸ਼ਰਾਬ ਨਾਲ ਭਰ ਕੇ ਦਿੱਤਾ ਜਾਂਦਾ ਇਸ ਤਰ੍ਹਾਂ ਦੀਆਂ ਖੇਡਾਂ ਸਾਡੇ ਘਰ ਦੀ ਪਹਿਲੀ ਮੰਜ਼ਲ ਉੱਤੇ ਵੀ ਖੇਡੀਆਂ ਜਾਂਦੀਆਂ ਸਨ ਉਦੋਂ ਮੈਂ ਛੋਟਾ ਸੀ ਇਹਨਾਂ ਖੇਡਾਂ ਚ ਹਿੱਸਾ ਨਹੀਂ ਲੈਂਦਾ ਸੀ ਇਸ ਬੈਂਤਵਾਜੀ ਨੂੰ ਸਿਰਫ ਸੁਣਦਾ ਹੀ ਹੁੰਦਾ ਸੀ ਮੈਨੂੰ ਯਾਦ ਹੈ ਚੁੱਲ੍ਹੇ ਕੋਲ ਫੈਨਲ ਸ਼ਰਾਬ ਤੇ ਘਰ ਚ ਬਣਾਈਆਂ ਗਈਆਂ ਸੌਸੇਸ ਰੱਖੀਆਂ ਹੁੰਦੀਆਂ ਸੀ ਤੇ ਕਮਰੇ ਦੇ ਅੰਦਰ ਇੱਕ ਤਿੰਨ ਲੱਤਾਂ ਵਾਲੀ ਕੁਰਸੀ ਰੱਖ ਦਿੱਤੀ ਜਾਂਦੀ ਸੀ। ਮੁੰਡੇ ਤੇ ਕੁੜੀਆਂ ਵਾਰੀ-ਵਾਰੀ ਇਸ ਕੁਰਸੀ ਤੇ ਬਹਿੰਦੇ ਰਹਿੰਦੇ ਸਨ। ਗਾਣਿਆਂ ਦੇ ਵਾਰਤਾਲਾਪ ਦੌਰਾਨ ਉਹਨਾਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸਨ ਪਰ ਵਾਰਤਾਲਾਪ ਦਾ ਅੰਤ ਪਾਕਿਸਤਾਨ ਨੂੰ ਸਮਰਪਿਤ ਹੁੰਦਾ ਸੀ। ਇਹੋ ਜਿਹੇ ਸਵਾਲਾਂ ਦਾ ਕਮਰੇ 'ਚ ਮੌਜੂਦ ਸਾਰੇ ਜਣੇ ਮਿਲ ਕੇ ਜਵਾਬ ਦਿੰਦੇ ਸਨ। ਤੂੰ ਕਿੱਥੇ ਦਾਗਿਸਤਾਨ ਉੱਚੀ ਚਟਾਨ ਉੱਤੇ ਕੋਈ ਸੂ ਨਦੀ ਦੇ ਤੱਟ ਉੱਤੇ ਤੂੰ ਕੀ ਕਰ ਰਿਆਂ ਦਾਗਿਸਤਾਨ ਮੁੱਛਾਂ ਨੂੰ ਤਾ ਦੇ ਰਿਆਂ ਤੂੰ ਕਿੱਥੇ ਦਾਗਿਸਤਾਨ ਮੈਨੂੰ ਵਾਦੀ ਚ ਲੱਭੋ ਤੂੰ ਕੀ ਕਰਨਾ ਪਿਆ ਦਾਗਿਸਤਾਨ ਜੌਂਦੇ ਸਿਟਿਆਂ ਦਾ ਪੂਲਾ ਬਣਾ ਕੇ ਖਲੋਤਾ ਤੇ ਤੂੰ ਕੌਣ ਏ ਦਾਗਿਸਤਾਨ ਮੈਂ ਖੰਜਰ ਉਤੇ ਚੜਿਆ ਹੋਇਆ ਗੋਸ਼ਤਾਂ ਤੂੰ ਕੌਣ ਏ ਦਾਗਿਸਤਾਨ ਖੰਜਰ ਜੀ ਨੇ ਆਪਣੀ ਧਾਰ ਉਤੇ ਗੋਸ਼ਤ ਚੜਾਇਆ ਹੋਇਆ ਤੂੰ ਕੌਣ ਏ ਦਾਗਿਸਤਾਨ ਨਦੀ ਤੋਂ ਪਾਣੀ ਪੀਣ ਵਾਲਾ ਹਿਰਨ ਤੂੰ ਕੌਣ ਏ ਦਾਗਿਸਤਾਨ ਹਿਰਨ ਨੂੰ ਪਾਣੀ ਪਿਉਣ ਵਾਲੀ ਨਦੀ ਤੂੰ ਕਿਹੋ ਜਿਹਾ ਪੈਂ ਦਾਗਿਸਤਾਨ ਮੈਂ ਛੋਟਾ ਜਿਹਾ ਮੁੱਠੀ ਵਿੱਚ ਆ ਸਕਦਾ ਤੂੰ ਕਿੱਧਰ ਚੱਲ ਪਿਆ ਦਾਗਿਸਤਾਨ ਆਪਣੇ ਲਈ ਕੁਝ ਵੱਡਾ ਲੱਭਣ ਲਈ ਤਾਂ ਗਬਰੂ ਤੇ ਮੁਟਿਆਰਾਂ ਇੱਕ ਦੂਜੇ ਨੂੰ ਜਵਾਬ ਦਿੰਦੇ ਹੁਏ ਇੰਜ ਗਾਉਂਦੇ ਸਨ ਕਦੇ-ਕਦੇ ਮੈਨੂੰ ਇੰਜ ਲੱਗਦਾ ਹੈ ਕਿ ਮੇਰੀਆਂ ਸਾਰੀਆਂ ਕਿਤਾਬਾਂ ਵਿੱਚ ਇਸੇ ਤਰ੍ਹਾਂ ਦੇ ਸਵਾਲ ਜਵਾਬ ਹਨ ਸਿਰਫ ਕੁਰਸੀ ਉੱਤੇ ਬੈਠੀ ਹੋਈ ਕੁੜੀ ਨਹੀਂ ਜਿਹਦੇ ਦੁਆਲੇ ਮੈਂ ਚੱਕਰ ਲਾਉਂਦਾ ਰਹਿੰਦਾ ਖੁਦ ਹੀ ਸਵਾਲ ਕਰਦਾ ਖੁਦ ਹੀ ਜਵਾਬ ਦਿੰਨਾ ਜੇ ਕੋਈ ਵਧੀਆ ਜਵਾਬ ਸੁਝ ਜਾਏ ਤਾਂ ਕੋਈ ਵੀ ਮੈਨੂੰ ਸ਼ਰਾਬ ਨਾਲ ਪਰਿਆ ਹੋਇਆ ਸਿੰਘ ਪੇਸ਼ ਨਹੀਂ ਕਰਦਾ ਤੂੰ ਕਿੱਥੇ ਦਾਗਿਸਤਾਨ ਉੱਥੇ ਜਿੱਥੇ ਮੇਰੇ ਸਾਰੇ ਪਹਾੜੀ ਲੋਕ ਨੇ ਤੇ ਤੇਰੇ ਪਹਾੜੀ ਲੋਕ ਕਿੱਥੇ ਨੇ ਉਹ ਹੁਣ ਇਹ ਹੁਣ ਉਹ ਕਿੱਥੇ ਨਹੀਂ ਦੁਨੀਆ ਬਹੁਤ ਵੱਡੀ ਤਸ਼ਤਰੀਏ ਤੇ ਤੂੰ ਛੋਟਾ ਜਿਹਾ ਚਮਚ ਕੀ ਇੰਨੀ ਵੱਡੀ ਤਸ਼ਤਰੀ ਲਈ ਬਹੁਤ ਹੀ ਛੋਟਾ ਨਹੀਂ ਮੇਰੇ ਮਾਤਾ ਜੀ ਕਹਿੰਦੇ ਹੁੰਦੇ ਸਨ ਕਿ ਛੋਟਾ ਮੂੰਹ ਤੇ ਵੱਡੀ ਗੱਲ ਕਹਿ ਸਕਦਾ ਹੈ ਮੇਰੇ ਮਾਤਾ ਜੀ ਕਹਿੰਦੇ ਹੁੰਦੇ ਸਨ ਕਿ ਛੋਟਾ ਜਿਹਾ ਰੁੱਖ ਵੀ ਵੱਡੇ ਬਾਗ ਦੀ ਸ਼ਾਨ ਬਣਾਉਂਦਾ ਹੈ ਸ਼ਾਮੀਲ ਵੀ ਕਹਿੰਦਾ ਹੁੰਦਾ ਸੀ ਕਿ ਛੋਟੀ ਜੀ ਗੋਲੀ ਵੱਡੇ ਸਾਰੇ ਜਹਾਜ਼ ਚ ਛੇਕ ਕਰ ਦਿੰਦੀ ਹੈ ਆਪਣੀਆਂ ਕਵਿਤਾਵਾਂ ਵਿੱਚ ਤੂੰ ਤਾਂ ਖੁਦ ਹੀ ਇਹ ਕਿਹਾ ਕਿ ਛੋਟੇ ਜਿਹੇ ਦਿਲ ਚ ਵਿਰਾਟ ਸੰਸਾਰ ਤੇ ਬਹੁਤ ਵੱਡਾ ਪਿਆਰ ਸਮਾ ਜਾਂਦਾ ਹੈ ਜਾਮ ਚੁੱਕਦਿਆਂ ਹੋਇਆਂ ਤੁਸੀਂ ਹਮੇਸ਼ਾ ਹੀ ਇਹ ਕਹਿੰਦੇ ਹੋ ਨੇਕੀ ਦੇ ਨਾਂ ਤੁਸੀਂ ਪੱਥਰਾਂ ਤੇ ਚਟਾਨਾਂ ਉੱਤੇ ਘਰ ਕਿਉਂ ਬਣਾਉਂਦੇ ਹੋ ਇਸ ਲਈ ਪੇ ਨਰਮ ਧਰਤੀ ਉੱਤੇ ਤਰਸ ਆਉਂਦਾ ਉੱਥੇ ਮੈਂ ਥੋੜਾ ਜਿਹਾ ਅਨੁਗੋਣਾ ਮੈਂ ਤਾਂ ਪਧਰੀਆਂ ਛੱਤਾਂ ਉੱਤੇ ਵੀ ਅਨੁਗੋਣਾ ਚ ਟਨ ਆਉ ਤੇ ਮਿੱਟੀ ਲੈ ਜਾਣਾ ਤੇ ਉੱਥੇ ਵੀ ਆਪਣਾ ਅਨੁਗਨ ਇਹੋ ਜਿਹਾ ਹੀ ਹੈ ਮੇਰਾ ਅਨ